लो भी बूटे दिखे देखिए आप कैमरा अपना हो गया टेढ़ा नीचे नू टूट ना जावे अड़े पे तो हैं अड़े पे पूरा तो फिर हुंदा नहीं इता तो नट खोल के होगा आ देख आए करना है मैं देख के आवा अंदर चल मैं जानी ओ ले आए मेरे को साफ कपड़ा के जाड़े वाले ले आऊंगी तू डिग ना भाई पौड़ी देख तू आपदी पहला काज डिगू मैं डिग गया नहीं काज डिगूंगा नहीं शेकी डब्बा बंद कर दबके कबूतर बड़ बड़ निकल दे ਡੇਗਣਾ ਪਈ ਤੂੰ ਡੇਗਣਾ ਪਈ ਤੇ ਮੈਂ ਫੜਾ ਫੋੜੀ ਫੜੂੰ ਕਿੱਧਰ ਮੈਂ ਆਉਣਾ ਇੱਧਰ ਮੈਂ ਫੜਦੀ ਆ ਫਿਰ ਜਾ ਇੱਕ ਮਿੰਟ ਕਿਵੇਂ ਕਰੇਗਾ ਇਹਦੇ ਚੜ ਕੇ ਨਾ ਤੂੰ ਮਾਰਤੀ ਕਾਦੇ ਚੜ ਕੇ ਕਰੇਗਾ ਹੁਣ ਜਾ ਪੌੜੀ ਇੱਧਰਲੇ ਪਾਸੇ ਲਾ ਲਾ ਹੋਰ ਕੀ ਐ ਕਿਵੇਂ ਚੜੇ ਜਾਊ ਇਹ ਦੇਖੀ ਜਾ ਇਹ ਅੱਛਾ ਵਾ ਵੈਰੀ ਗੁੱਡ ਜਵਾਨ ਹੈ इधर मार दब के तू ना पानी की दुश्मन है ते बहुत ज्यादा भी ना डोली चल हूं जे तेनू कहता भी डोल ला तो फिर इना भी ना डोल तू सारा गंद पहला वाइपर ना कड्या कर फिर बस कर टूटी बंद चल आ जा हूं बस फ्रीजा ना लाके फड़ते चलो जी ले भी आज दो काम करते शेकी ने हजे दिन शुरू होया हजे इन पई रहन दे अपना कोई पता नहीं कितने जरूरत पैजे टाइसन दस बूटे कितने लाइए जिथे तू टोआ नहीं पटेगा असि उथे ला लांगे हां उथे सब तो वध पटदा इक ते इथे ला सकदे नहीं इथों दी ता इह जांदा केड़े कटदा इथे ना ला इधरली साइड ही आ जा ठंडी है ना उठे ठंडा था लो जी बड़ी टाइम बाद खाली जी पाइप की सेहत आई है
ਸਾਨੂੰ ਆਈਡੀਆ ਮਿਲ ਗਿਆ ਕਿ ਕਿਉਂ ਨਾ ਆਪਾਂ ਇਹਦੇ ਵਿੱਚ ਡੇਲੀਆ ਲਾ ਦਈਏ। ਮਿੱਟੀ ਨਾਲ ਭਰ ਲਈ ਅਸੀਂ ਪਾਈਪ ਆਪਣੀ ਤੇ ਹੁਣ ਅਸੀਂ ਇਹਦੇ ਵਿੱਚ ਡੇਲੀਆ ਲਾਉਣਾ। ਲੋ ਜੀ ਸਾਡੇ ਬੂਟੇ ਦੀ ਟੁੱਟੀ ਪਈ ਹੈ ਡੰਡੀ, ਪਤਾ ਨਹੀਂ ਇਹਦੇ ਭਾਰ ਨਾਲ ਟੁੱਟੀ ਗਈ, ਪਹਿਲਾਂ ਹੀ ਸੀ। ਹਾਂ ਪਹਿਲਾਂ ਹੀ ਤੇ ਹੁਣ ਇਹਨੂੰ ਅਸੀਂ ਇੱਕ ਵਾਰੀ ਬੰਨਦੇ ਆ, ਦੇਖਦੇ ਆ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ। ਚੱਲਦਾ ਕਿ ਨਹੀਂ ਚੱਲਦਾ ਅਸੀਂ ਤਾਂ ਤਜਰਬਾ ਹੀ ਕੀਤਾ। ਟਾਈਸਨ ਤੂੰ ਹੋ ਜਾ ਪਾਸੇ, ਹੁਣ ਤੇਰਾ ਕੋਈ ਕੰਮ ਨਹੀਂ ਇੱਥੇ। ਲਓ ਜੀ ਦੇਖੋ ਸਾਡਾ ਸ਼ੇਕੀ ਕਾਕਾ ਸਫਾਈ ਕਰ ਰਿਹਾ। ਕਿੰਨੇ ਦਿਨਾਂ ਦਾ ਤੁਸੀਂ ਇੱਥੇ ਵੀਡੀਓ 'ਚ ਗੰਦ ਦੇਖ ਰਹੇ ਸੀ ਅਤੇ ਅੱਜ ਹੋ ਰਹੀ ਹੈ ਇਹਦੀ ਸਫਾਈ, ਕਿਉਂਕਿ ਹੁਣ ਸਾਡੇ ਬੂਟੇ ਆ ਜਿਹੜੇ ਇਹਨਾਂ ਨੇ ਫੁੱਲ ਕੱਢਣੇ ਸ਼ੁਰੂ ਕਰਤੇ। ਆਹ ਦੇਖੋ ਕਿੰਨੇ ਸੋਹਣੇ ਫੁੱਲ ਕੱਢੇ ਨੇ, ਉੱਪਰ ਤੱਕ ਲੰਬੇ ਲੰਬੇ ਫੁੱਲ ਕੱਢ ਲੈਣੇ ਨੇ। ਫਿਰ ਇਹਦੀ ਵਾਰੀ ਆ, ਆਹ ਦੇਖੋ ਇਹ ਵੀ ਤਿਆਰ ਹੋ ਰਿਹਾ, ਇਹ ਵੀ ਫੁੱਲ ਕੱਢੂਗਾ। ਅਤੇ ਫਿਰ ਆਪਣਾ ਇਹ ਵਾਲਾ ਬੂਟਾ ਜਿਹੜਾ ਇਹ ਵੀ ਫੁੱਲ ਕੱਢਣ ਨੂੰ ਤਿਆਰ ਹੈ। ਅਤੇ ਇੱਧਰ ਲੱਗ ਗਿਆ ਦੇਖੋ, ਡੋਡੀਆਂ ਬਣੀਆਂ ਹੋਈਆਂ ਨੇ ਅਤੇ ਛੇਤੀ ਫੁੱਲ ਕੱਢੂਗਾ ਉਹ ਸਿਰੇ ਵਾਲਾ ਵੀ। ਅਤੇ ਫਿਰ ਗੰਦ 'ਚ ਤਾਂ ਫੁੱਲ ਖਿੜੇ ਵੀ ਸੋਹਣੇ ਨਹੀਂ ਨਾ ਲੱਗਣੇ, ਅਤੇ ਇਸ ਕਰਕੇ ਅਸੀਂ ਅੱਜ ਸਫਾਈ ਸ਼ੁਰੂ ਕੀਤੀ ਹੈ। ਅਤੇ ਹੁਣ ਅਸੀਂ ਟਾਈਸਨ ਨੂੰ ਕੋਈ ਟੋਆ ਨਹੀਂ ਫੱਟਣ ਦੇਵਾਂਗੇ, ਬਹੁਤ ਧਿਆਨ ਰੱਖਾਂਗੇ ਅਸੀਂ ਟਾਈਸਨ ਦਾ। ਇੱਟਾਂ ਇਸ ਲਈ ਰੱਖੀਆਂ ਨੇ ਵੀ ਫਿਰ ਵੀ ਬਾਈ ਚਾਂਸ ਗਾਹੇ ਬਗਾਹੇ ਟਾਈਸਨ ਨੇ ਕੋਈ ਟੋਆ ਪੱਟਤਾ ਉੱਥੇ ਸਾਡੇ ਇੱਟਾਂ ਫਿਰ ਕੰਮ ਆਉਣਗੀਆਂ, ਕਿਉਂਕਿ ਇਹ ਆਪਦੀ ਆਦਤ ਤੋਂ ਮਜਬੂਰ ਹੈ। ਆਹ ਜਿਹੜੀ ਪਾਈਪ ਹੈ ਨਾ ਇਹ ਵੀ ਉਹ ਕਾਰਨਰ 'ਚ ਰੱਖਦੇ, ਕਿਉਂਕਿ ਇਹ ਬੂਟੇ ਦੇ ਨਾਲ ਲਾਉਣ ਦੇ ਕੰਮ ਆ ਜਾਂਦੀ ਹੈ। ਸਪੋਰਟ ਦੇਵਾਂਗੇ ਬੂਟਿਆਂ ਨੂੰ। ਟਾਈਸਨ ਤੂੰ ਇੱਧਰ ਆ ਜਾ, ਟਿਕਦਾ ਨਹੀਂ ਇਹ, ਇੱਧਰ ਆ ਇੱਧਰ, ਚੱਲ ਇੱਧਰ। ਅਤੇ ਇਹਨੂੰ ਵੀ ਨਵਾਉਣਾ ਆਪਾਂ, ਸੱਚ ਬਹੁਤ ਗੰਦਾ ਹੋਇਆ ਤੇ ਇਹਦੀ ਨਹਾਈ ਧੋਈ ਵੀ ਕਰਨੀ ਹੈ, ਰੰਗ ਬਦਲ ਗਿਆ ਟਾਈਸਨ ਦਾ ਮੈਲਾ ਮੈਲਾ ਹੋਇਆ ਤੇ। ਇਹਨੂੰ ਆਪਾਂ ਉਧਰ ਸ਼ੈੱਡ ਦੇ ਨੀਚੇ ਰੱਖ ਦਾਂਗੇ। ਨਹੀਂ ਤਾਂ ਉਧਰ ਵੀ ਕੋਣ ਨਹੀਂ, ਉਹ ਕਾਰ ਦੇ ਪਰਲੇ ਪਾਸੇ ਚੱਕ ਸਿਰ ਤੇ। ਫਿਰ ਕੀ ਹੋ ਗਿਆ, ਗੱਡੀ ਦੇ ਪਰਲੇ ਪਾਸੇ ਕਾਰਨਰ ਖਾਲੀ ਹੈ, ਜਦੋਂ ਲੋੜ ਹੋਊਗੀ ਆਪਾਂ ਨੂੰ ਠੰਡ 'ਚ ਉਦੋਂ ਆਪਾਂ ਵਰਤ ਲਾਂਗੇ ਲਿਆ ਕੇ, ਜੇ ਚੁੱਲ੍ਹਾ ਚਾਲਾ ਜਾਲਿਆ ਥੋੜ੍ਹਾ ਬਹੁਤਾ ਫਿਰ ਦੇਖ ਲਾਂਗੇ। ਚੱਕ ਸਕਦੇ ਨਹੀਂ ਚੱਕਿਆ ਜਾਣਾ, ਕਿਹੜੀ ਚਿੜੀ, ਹਾਏ ਇਹ ਤਾਂ ਉਹੀ ਹੈ ਸ਼ੇਕੀ ਜਿਹੜੀ ਉਹ ਆਪਣੀ ਜਿਹੜੀ ਪੰਛੀ ਨੇ ਮਾਰੀ ਸੀ, ਇਹ ਉਹੀ ਚਿੜੀ ਹੈ ਜਿਹੜੀ ਉਹ ਮਾਰ ਨਹੀਂ ਸੀ ਗਿਆ ਵੱਡਾ ਸਾਰਾ ਪੰਛੀ, ਇਹ ਆਪਣੀ ਚਿੜੀ ਹੈ, ਗਮਲੇ ਚ ਕੱਢ ਕੇ ਮਾਰ ਗਿਆ ਸੀ। ਹੈ ਦੇਖੀ ਨਹੀਂ ਸੀ ਆਪਾਂ, ਨਾ ਆਪਾਂ ਦੇ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਵੀ ਇੱਥੇ ਸਿੱਟ ਗਿਆ ਉਹ। ਓਹੋ ਆ ਦੇਖ ਤੂੰ ਇਹਦਾ ਹਾਲ, ਉਹਨੇ ਕੀ ਕੀਤਾ, ਫੋਨ ਕੱਢਿਆ ਪਿਆ ਇਹਦੇ ਚੋਂ, ਗਰਦਨ ਜੀ ਕਰ ਗਿਆ ਨਾ। ਹਾਂ ਗਰਦਨ ਤੋੜ ਤੂੜ ਗਿਆ ਉਹਦੀ ਵਿਚਾਰੀ ਦੀ, ਆ ਦੇਖ ਉੱਪਰੋਂ ਵੀ ਜ਼ਖਮ ਕਰੇ ਪਏ। ਤੇ ਲੈ ਕੇ ਵੀ ਨਹੀਂ ਗਿਆ, ਮਾਰ ਕੇ ਸੁੱਟ ਗਿਆ, ਪਤਾ ਨਹੀਂ ਕਿਉਂ ਉਹਨੇ ਐਂ ਕੀਤਾ। ਇਹ ਤਾਰ ਆਈ ਹੈ, ਇਹ ਅਰਥ ਵਾਲੀ ਹੈ, ਇਹਨੂੰ ਆਈ ਪਈ ਰਹਿਣ ਦੇ। ਇੱਕ ਆਪਾਂ ਨਾ ਇੱਥੇ ਹੋਰ ਕੰਮ ਕਰਦਾ ਜੀ, ਉੱਧਰ ਤਾਂ ਕੁੰਡੀਆਂ ਹੈਗੀਆਂ ਨੇ ਕਾਰ ਦੇ ਪਰਲੇ ਪਾਸੇ, ਆਹ ਇੱਥੇ ਨਿਸ਼ਾਨ ਹੈਗੇ ਨੇ, ਇਹਦੇ ਵਿੱਚ ਕਸਣੀਆਂ ਹੀ ਹੈ ਅਤੇ ਉੱਪਰ ਪਈਆਂ ਨੇ, ਉਹ ਤਾਰਾਂ ਬੰਨੀਆਂ ਅੱਜ, ਕੰਮ ਵਾਹਵਾ ਕਰਨ ਵਾਲੇ ਆ ਆਪਣੇ। ਪਹਿਲਾਂ ਆਪਾਂ ਨੂੰ ਟੋਕਰਾ ਚੱਕਣਾ ਪਊਗਾ, ਫਿਰ ਇਹ ਸਾਰਾ ਕੂੜਾ ਇੱਥੋਂ ਨਿਕਲੂਗਾ। ਤੂੰ ਐਂ ਕਰ ਉੱਪਰਲਾ ਫੱਟਾ ਚੱਕ, ਫੱਟਾ ਚੱਕ ਦੇ ਉੱਪਰਲਾ, ਆਈ ਚੱਲ ਹੁਣ ਇਹ ਚੱਕਿਆ ਜਾਊਗਾ ਟੋਕਰਾ। ਫੱਟਾ ਤਾਂ ਆਪਾਂ ਕਾਰ ਦੇ ਪਰਲੇ ਪਾਸੇ, ਜਗ੍ਹਾ ਹੈਗੀ ਪਹਿਲਾਂ ਦੇਖ ਕੇ ਆਈ, ਟੋਕਰਾ ਰੱਖਿਆ ਜਾਊਗਾ। ਹੈਂ ਆਹ ਸਕੂਟਰ ਦੇ ਉੱਪਰ ਰੱਖਿਆ ਜਾਊ ਛੇਕੀ, ਨਹੀਂ ਇੱਥੇ ਨਹੀਂ, ਉਹ ਸਕੂਟਰ ਦੇ ਉੱਪਰ ਐਵੇਂ ਫਿਰ ਸਾਹਮਣੇ ਗੰਦ ਜਦੀ ਦਾ ਊਂ ਬੁਰਾ ਲੱਗਦਾ, ਟੋਕਰਾ ਉਹਦੇ ਉੱਪਰ ਰੱਖਿਆ ਜਾਊਗਾ ਸਕੂਟਰ ਦੇ, ਅਤੇ ਫਿਰ ਆਹ ਫੱਟਾ ਉਹਦੇ ਉੱਤੇ ਆ ਜਾਊਗਾ। ਠੀਕ ਹੈ ਚਲ ਦੇਖੋ ਜੀ, ਅੱਜ ਸਾਡੇ ਸਫਾਈਆਂ ਹੋ ਰਹੀਆਂ ਨੇ, ਪਹਿਲਾਂ ਅਸੀਂ ਬੂਟੇ ਲਾਏ ਨੇ ਸਵੇਰ ਦੇ ਲੱਗੇ ਹੋਏ ਆ, ਅਤੇ ਹੁਣ ਅਸੀਂ ਸਫਾਈਆਂ ਕਰ ਰਹੇ ਹਾਂ।
स्कूटर के उपर धर दे उपर वो फट्टा रख दे जा पहला फट्टा रख दे उपर धर दी जिवें तेन ठीक लगता कर ला शैड का सानू सुख भी हो गया काफ़ी समान आ जोड़ा सामभ जाता शैड के टोकरी कूलर के उपर मुद्दी मार दे ये फट्टा खड़ा भी कर सकते हो परले पास रखते रखते आई रख दे चल ठीक है ओके टोकरी डिगदी तो नहीं पर टेढ़ी जी पई मैं लगता भी डिगना पवे डिग सकती है पता नहीं कोई डिगूगी तो मैं लगता भी डिगूगी नहीं चल ठीक है फिर ठीक है चल हूँ की रह गया कूड़ा रह गया ना तो कूड़ा वो पा दिया जो वादू जगह नहीं पाए जिन्हें आप बूटे लिया ये ही भर देंगे तो जी हम सफाई कर लगे साफ करके फिर दिखाने तुम लो जी हूँ मैं थक गई हाँ बहुत ज़्यादा क्योंकि अच्छ बहुत कम किया लॉन का लॉन की बहुत सफाई करी अज असी सारा गंद मंद सिड़ता इधर उधर करके इकट्ठा किया तो जिस दिन मैं सफाई कर लेनी है उस दिन फिर माली भी आ जाता है माली भी आ गया अज हूँ वो लग जूगा आके आपका काम कर असी आपके बूटे लाते सीगे तो आले दुआले सारा साफ करता सी क्योंकि तीन चार दिन बाहर गए रहे फिर गंदा हो जाता है तो हाँ देखो इधर मैं लो जी अज असी सफाई कर ली बूटे भी ला ले ते पक्की गल है भी जिस दिन असी सफाई करिए बूटे वगैरह लाइए लॉन साफ करिए उस दिन माली भी पक्का आ जाता है पर जो सारा काम निबड़ता माली उदों आज भी माली आ गया तो बस हूँ थोड़ा बहुत काम है जोड़ा वह रहा वह कर लूगा तो उन्हें घा की कटिंग तो नहीं करी हैगी कहता भी इन्ना बदया नहीं है तो लोड़ नहीं हैगी बस उन्हें जोड़े भी मेरे बूटे बाटे लाए थे उन्होंने ही सपोर्टा वगैरह लाती तो डी ए पी खाद पाती बस थोड़ा बहुत काम है जोड़ा वह कर गया हथ मार गया गमले गुमलों जोड़े बूटे नहीं चले सके घट चले उन्होंने क्ड गया तो वो मैं अज नर्सरी जाके होर फुलों वाले बूटे गमलों लवा लियाँगी दो तीन गमले है जोड़े तीन खाली कर गया मैं जो नर्सरी जानी हाँ तो खाली गमले लै जाने उतो गमले भरा के लैके आनी हूँ तो फिर ना थोड़ा सौखा रहा जे घर लिया दो फिर माली में उड़ीकी जाइए फिर ना ही आप तो चंकी तरह लग आज बूटे जड़े मैं इधर भी रखते ने चार बूटे चार गमले इधर रखते हूँ मैं क्योंकि इधर कोई भी गमला नहीं सीगा साडा उधर बहुत सारे गमले हुए पे ने सारी गंद भरी पी है देखो जेड़ा थोनू पाइप दिख रहा है ना दूरों वो पाइप दे विच भी मैं हाँ देखो डेली ला हूँ मैं देखती हूँ स्कीम कि कामयाब रही है ठीक है जी बाकी तो गेंदा वगैरह तो वधिया हो ही रहा है।